ਜੀ ਮੈਂ ਬਰਮਰ ਲੈ ਕੇ ਹਾਜ਼ਰ ਹਾਂ ਫੇਵਰ ਸ਼ੋਅ ਦਾ ਨਾਮ ਹੈ ਜੀ ਜੋਸ਼ ਕੈਂਪਸ ਦਾ ਮੈਂ ਪਹੁੰਚਿਆ ਜੀ ਸੰਗਰੂਰ ਸੰਗਰੂਰ ਨਹੀਂ ਸੰਗਰੂਰ ਦੇ ਕੋਲ ਧੂਰੀ ਧੂਰੀ ਪਹੁੰਚਿਆ ਜੀ ਮੈਂ ਦੇਸ਼ ਭਗਤ ਕਾਲਜ ਇੱਥੇ ਦੇ ਮੁੰਡੇ ਬੜੇ ਸ਼ੈਤਾਨ ਇੱਥੇ ਦੀ ਕੁੜੀਆਂ ਉਹ ਤੋਂ ਵੀ ਸ਼ੈਤਾਨ अज मैं बहुत सारी गल्ला पता करनी है ते करनी खूब सारी मस्ती चलो फिर हुण आ जाओ ਲੋਕੀ ਪਹੁੰਚ ਗਏ ਦੇਸ਼ ਭਗਤ ਤੁਸੀਂ ਪਤਾ ਪਿਆ ਜੋਸ਼ ਕੈਂਪਸ ਦਾ ਬਹੁਤ ਬਹੁਤ ਤੁਸੀਂ ਬਹੁਤ ਪਿਆਰ ਕਰਦੇ ਹੋ ਪਰ ਇੱਕ ਗੱਲ ਦੇਖੀ ਜਿਹੜੇ ਮੁੰਡੇ ਹੈ ਨਾ ਧੂਰੀ ਵਾਲੇ ਬਹੁਤ ਹੀ ਦੇਖੋ ਜੀ ਬੰਦਾ ਘੈਂਟ ਹੋਵੇ ਨਾ ਬੰਦਾ ਵਧੀਆ ਹੋਵੇ ਤਾਂ ਬੰਦਾ ਆਪਣਾ ਵਧੀਆ ਕਹਿੰਦਾ ਹੈ ਥੈਂਕ ਯੂ ਵੈਰੀ ਮੱਚ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਅੱਜ ਦਾ ਸਵਾਲ ਹੈ ਜੀ ਇਹ ਆ ਕਿ ਜਦੋਂ ਆਪਾਂ ਜਾਣਾ ਚੰਦਰਮਾ ਤੇ ਹੁਣ ਟਾਈਮ ਤਾਂ ਪਾਸ ਕਰਨਾ ਹੈ ਬਾਈ ਕਿਹੜਾ ਜਾਵੇ ਉੱਥੇ ਨਾ ਨਾ ਉੱਥੇ ਰੇਡੀਓ ਨਾ ਉੱਥੇ ਜੋਸ਼ ਕੈਂਪਸ ਆਉਣਾ ਹੈ ਨਾ ਤੇ ਕੀ ਨਾਲ ਲੱਗ ਜਾਊਂਗਾ ਟਾਈਮ ਪਾਸ ਕਰਨ ਲਈ ਹਾਂਜੀ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੂੰ ਆ ਪਹਿਲਾਂ ਕੀ ਕਰੋ ਯਾਰ ਬੈਲੀ ਲੈ ਜਾਵਾਂਗੇ ਕਰੇਗਾ ਯਾਰ ਬੈਲੀ ਲੈ ਜਾਵਾਂਗੇ ਯਾਰ ਬੈਲੀ ਜੇ ਨਾਲ ਨਾ ਗਏ ਫੇਰ ਟਾਈਮ ਪਾਸ ਆਪਾਂ ਲੈ ਜਾਵਾਂਗੇ ਐ ਕਿ ਮੈਨੂੰ ਨਾਲ ਜਾਂਦੇ ਉਹ ਬੁਝਾ ਲੱਗਾ ਗੱਲ ਤੇਰਾ ਹੋ ਕਿਸ ਲੱਗਾ ਨਹੀਂ ਹਾਂਜੀ ਬਾਈ ਫਿਰ ਵੀਡੀਓ ਗੇਮ ਲੈ ਜਾਵਾਂਗੇ ਸੈਲ ਨਾਲ ਹੈ ਉਹ ਆਪ ਵਾਲੀ ਗੇਮ ਖੇਡ ਲਾਂਗੇ ਹਾਂਜੀ ਬਾਈ ਬੇਬੇ ਬਾਪੂ ਲੈ ਕੇ ਜਾਵਾਂਗੇ ਨਾਲ ਹੀ ਬੇਬੇ ਬਾਪੂ ਨਾਲ ਲੈ ਜਾਵਾਂਗੇ ਜੋ ਸਰਨਾ ਨਹੀਂ ਲੜੀ ਜਾਣ ਕੇ ਆਪਾਂ ਦੇਖੀ ਆ ਅੱਛਾ ਬੇਬੇ ਉਹ ਲੜਦੇ ਹੁੰਦੇ ਵੈਸੇ ਹਾਏ ਲੜਕ ਨਹੀਂ ਮਰ ਜਾ ਕੇ ਲੜਕੇ ਥਾ ਕੇ ਲੜਦੇ ਹੁੰਦੇ ਲੜਕੇ ਕਿਤੇ ਦੇਖੋ ਇੱਕ ਨੂੰ ਗਾਲੇ ਕੱਢੀ ਆਨੇ ਮਤਰੇ ਆ ਹਾਂਜੀ ਬਾਈ ਚੰਦਰਮਾ ਦੇ ਅਸੀਂ ਤਾਂ ਚਮਕੀਲੀ ਲੈ ਜਾਾਂਗੇ ਕੈਸਟਾਂ ਸੁਣ ਲੈ ਕਰਾਂਗੇ ਚਮਕੀਲੇ ਚਮਕੀਲੇ ਦੀਆਂ ਹਾਂਜੀ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਚੱਲ ਮੇਰਾ ਲੈ ਕੇ ਬੱਤਿਆ ਨਹੀਂ ਬੱਟੂ ਫਿਰਦਾ जोश कैंपस दा जो मर्जी कर लो जोश कैंपस दा नहीं मन सकता भाई हाँ जी भाई जेड़ा कुछ साडे नाल जाऊगा तू की नाल लेके जाना खाली हाथ जेड़ा भी साडे नाल जाऊगा हां ए किसे मर्जी च भेज तेरे नाल किसे ने नहीं जाना किसे राई दा भेजोगे सानू तू ओरे आ पढ़े लिखा जो रिया बाहर तू भाग आया पूरे है ना चोला तो कितने चले गए चले गए चले गए थे सर कॉलेज चले सी अच्छा चले कॉलेज कॉलेज अच्छा लास्ट में जो चंद्रमा चला गया फिर तू करेगा चंद्रमा उत्तर नौकरी करने गई टाइम चंद्रमा उत्तर दफ्तर खोले सिर है वीजा पे जगह हो नहीं कहना नौकरी करूंगा जाके उठ यार वास्ते वीजा पे जाएंगे मूंगफली ले जाएंगे नाल खाना जवाकों ले जाएंगे नाल जवाकों ले जाएंगे नाल और जवाक खोले तेरे जवाक मित्रा दोस्तों ले जाएंगे तू पहला क्या जवाक ले जाएंगे कितने बच्चे हैं आपके दोस्त हैं दो हैं दोस्त हैं दोस्त जवाक है ए सारे जवाक दे तेनू हाँ भाई तू ही कहना एक मंजा ले जाएंगे अच्छा और पक्का एक गल ठीक की मंजा ही बहुत होना ਪਹਿਲਾਂ ਜਾ ਕੇ ਬੈਠਾਂਗੇ ਜੀ ਪਹਿਲਾਂ ਬੈਠਾਂਗੇ ਪਹਿਲਾਂ ਪਹਿਲਾਂ ਜਾ ਕੇ 10 ਮਿੰਟ ਬੈਠਾਂਗੇ ਫਿਰ ਬਾਈ ਅੱਗੇ ਫਿਰ ਸੋਚਾਂਗੇ ਜੀ ਸੋਚਾਂਗੇ ਵੀ ਕਿੱਥੇ ਆ ਗਿਆ ਯਾਰ ਫਿਰ ਸੋ ਜਾਾਂਗੇ ਜੀ ਆ ਜਾ ਆ ਜਾ ਅੱਛਾ ਇਦਾਂ ਤਿਆਰ ਹੋ ਕੇ ਤਾਂ ਵਿਆਹ ਹੁੰਦਾ ਅੱਜ ਨਾ ਬਾਈ ਦੇ ਵਿਆਹ ਦੇ ਗਾਣਾ ਕਿਹੜਾ ਗਾਉਣਾ ਸਜਾ ਕੇ ਸੋਣੀਏ ਮੈਂ ਵੀ ਸ਼ਗਨਾਂ ਦੀ ਖੱਚਦੀ ਤਿਆਰੀ ਆ
ਬਾ ਟਾਈਮ ਪਾਸ ਨੂੰ ਤਾਂ ਕੀ ਲੈ ਗਿਆ ਨਹੀਂ ਰੱਬ ਦਾ ਨਾਮ ਲੈ ਲਾਂਗੇ ਅਗਲਾ ਜਾਣ ਵਧੀਆ ਸਫਲ ਹੋ ਜੇ ਇਹ ਵੀ ਗੱਲ ਠੀਕ ਹੈ ਹਾਂਜੀ ਭਾਈ ਭਾਈ ਆਪਾਂ ਜੋਸ਼ ਟੀਵੀ ਵਾਲੇ ਨੂੰ ਨਾਲ ਲੈ ਜਾਾਂਗੇ ਉੱਥੇ ਰੰਗਾ ਚੱਕਰਾਂ ਹੀ ਫੱਟੇ ਠੀਕ ਹੈ ਭਾਈ ਹਾਂਜੀ ਭਾਈ ਚੰਨ ਤੇ ਜਾਣ ਵਾਸਤੇ ਹਾਂਜੀ ਹਾਂ ਬਹੁਤ ਵਧੀਆ ਤਰੀਕੇ ਨੇ ਬਣ ਲੋ ਚੰਨ ਤੇ ਨਹੀਂ ਜਾਣ ਤਰੀਕੇ ਨਹੀਂ ਪੁੱਛੇ ਵੱਡਾ ਸਾਇੰਟਿਸਟ ਆਪਣੀ ਕਾਪੀ ਲੈ ਕੇ ਜਾਵਾਂਗੇ ਗਾਣੇ ਵਾਲੀ ਜੀ ਤੇ ਗਾਣੇ ਲਿਖ ਓ ਵੈਰੀ ਗੁੱਡ ਗਾਣੇ ਲਿਖਦਾ ਤੂੰ ਫੜ ਫਿਰ ਨੂੰ ਗਾਣਾ ਸੁਣਾ ਆਪਣੇ ਲਿਖਿਆ ਬਚਪਨ ਦੀਆਂ ਕੀਤੀਆਂ ਪੜਾਈਆਂ ਪਾਵੇਂ ਭੁੱਲ ਗਏ ਆ ਪਰ ਤੇਰਾ ਚੇਤਾ ਵਾਰ ਵਾਰ ਨਹੀਂ ਆਉਂਦਾ ਏ ਤੂੰ ਤਾਂ ਲੱਗਦਾ ਸ਼ਾਇਦ ਭੁੱਲ ਗਈ ਹੋਣੀ ਏ ਤੂੰ ਤਾਂ ਲੱਗਦਾ ਸ਼ਾਇਦ ਭੁੱਲ ਗਈ ਹੋਣੀ ਏ ਪਰ ਸਾਡਾ ਦਿਲ ਤਾਂ ਅੱਜ ਵੀ ਤੈਨੂੰ ਚਾਹੁੰਦਾ ਏ ਪਰ ਸਾਡਾ ਦਿਲ ਤਾਂ ਅੱਜ ਵੀ ਤੈਨੂੰ ਚਾਹੁੰਦਾ ਪੜੀ ਨਾ ਪੜੀ ਨਾ ਦਿਲ ਚਾਹੁੰਦਾ ਹੈ ਮਾਂ ਪਿਓ ਇੰਨੀ ਆਸ ਲਾ ਕੇ ਬੈਠੇ ਮੇਰਾ ਪੁੱਤ ਇੰਜੀਨੀਅਰ ਬਣੂਗਾ ਇਹ ਦਿਲ ਚਾਹੁੰਦਾ ਹੈ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੇਰੀ ਅੰਮੜੀ ਨੇ ਮੇਰੀ ਅੰਮੜੀ ਨੇ ਦਿੱਤੀਆਂ ਨੇ ਲੱਕ ਚੀੜਕਾ ਤੇ ਮੇਰੇ ਨੈਣਾ ਵਿੱਚੋਂ ਨੈਣਾ ਵਿੱਚੋਂ ਸਮ ਸਮ ਨੀਰ ਫੁੱਟਿਆ ਏ ਮੇਰੇ ਨੈਣਾ ਵਿੱਚੋਂ ਮੇਰੇ ਨੈਣਾ ਵਿੱਚੋਂ ਸਮ ਸਮ ਛਮ ਛਮ ਸਮ ਸਮ ਅੱਛਾ ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਸਮ ਫੇਰ ਸਮ ਸਮ ਮੇਰੇ ਨੈਣਾ ਵਿੱਚੋਂ ਸਮ ਸਮ ਨਹੀਂ ਛਮ ਛਮ ਮੇਰੇ ਨੈਣਾ ਵਿੱਚੋਂ ਸਮ ਸਮ ਨਹੀਂ ਆ ਰਿਹਾ ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਰੁੱਸੀ ਮੇਰੇ ਨੈਣਾ ਵਿੱਚੋਂ ਉਹ ਤੇਰੀ ਮੇਰੇ ਨੈਣਾ ਵਿੱਚੋਂ ਸਮ ਸਮ ਨੀਰ ਥੋੜਾ ਸਮਝ ਹੁੰਦਾ ਕੋਈ ਨਾ ਹਾਂ ਮੇਰੀ ਅੰਮੀ ਏ ਨੀ ਮੈਨੂੰ ਇੱਕ ਗੱਲ ਦੱਸ ਦੇਣੀ ਲੋਕੀ ਦਿਲ ਤੋੜ ਦਿੰਦੇ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਥ ਦੇਣੀ ਲੋਕੀ ਇਹੋ ਜਿਹੇ ਗਲਾਸ ਨੀ ਮਾਏ ਵਿਕਦੇ ਲੱਖ ਬਜ਼ਾਰੀ ਕੀ ਬਾਤ ਹੈ ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀ ਅਤੇ ਹਜ਼ਾਰੀ ਘਿਰ ਜਾਂਦੇ ਨੈਣਾ ਦੇ ਮੋਤੀ ਮਾਏ ਝਿੜਕ ਨਾ ਮਾਰੀ ਨੀ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੇਰੀ ਅੰਮੜੀ ਨੇ ਮੇਰੀ ਅੰਮੜੀ ਨੇ ਦਿੱਤੀਆਂ ਨੇ ਲੱਖ ਝਿੜਕਾ ਤੇ ਮੇਰੇ ਨੈਣਾ ਵਿੱਚੋਂ ਮੇਰੇ ਨੈਣਾ ਵਿੱਚੋਂ ਸਮ ਸਮ ਮੇਰੇ ਨੈਣਾ ਵਿੱਚੋਂ ਸਮ ਸਮ ਮੇਰੇ ਨੈਣਾ ਵਿੱਚੋਂ ਸਮ ਸਮ ਚੰਦਰਮਾ ਜਾਣਾ ਕੀ ਨਾਲ ਲੱਗਣਾ ਟਾਈਮ ਪਾਸ ਆਪਣਾ ਕਿਤਾਬਾਂ ਲੈ ਜਾਂਗੇ ਇੰਨੀਆਂ ਬਹੁਤ ਵਧੀਆ ਇਹ ਕਾਦੀ ਹੈ ਜੀ ਇਹ ਸਿਲੈਕਟਡ ਕਾਲਜ ਪੋਇਮਸ ਹਾਏ ਹਾਏ ਓਏ ਪੋਇਮ ਪੋਇਮ ਤਾਂ ਹੈ ਨਹੀਂ ਕਵਿਤ ਚ ਆ ਕਾਈਂਡ ਆਫ ਚੇਂਜ ਕੇਮ ਇਨ ਮਾਈ ਅੱਛਾ ਮੈਂ ਬੋਲੂੰਗਾ ਇੰਗਲਿਸ਼ ਤੂੰ ਬੋਲੇਗਾ ਪੰਜਾਬੀ ਠੀਕ ਹੈ ਪੰਜਾਬੀ ਵਾਲੀ ਹੈਗੀ ਹੈ ਨਹੀਂ ਕਿਉਂ ਕੀ ਗੱਲ ਤੂੰ ਅੱਛਾ ਗੱਲ ਇਦਾਂ ਹੁਣ ਮੈਂ ਇੰਗਲਿਸ਼ ਬੋਲੂੰਗਾ ਤੂੰ ਪੰਜਾਬੀ ਨੂੰ ਟ੍ਰਾਂਸਲੇਟ ਕਰ ਜਾਈ ਠੀਕ ਹੈ ਪੰਜਾਬੀ ਵਾਲੇ ਬੰਦਿਆਂ ਦਾ ਮਸਾ ਇੱਕ ਲੈਕਚਰ ਲਾਈਦਾ ਚਲ ਆਪਾਂ ਪੋਇਮ ਇੰਗਲਿਸ਼ ਮੈਂ ਬੋਲ ਰਿਹਾ ਟ੍ਰਾਂਸਲੇਟ ਕਰ ਰਿਹਾ ਠੀਕ ਹੈ ਜੀ ਠੀਕ ਹੈ ਚਲੋ ਅੱਛਾ ਓਕੇ ਲੱਭਿਆ ਨਹੀਂ ਯਾਰ ਜਿੱਦੋਂ ਮਰਜ਼ੀ ਸ਼ੁਰੂ ਕਰ ਲਓ ਜੀ ਸਾਰੇ ਮੇਰੇ ਚੀਜ਼ ਆ ਓਕੇ ਦਾ ਕਿੰਗ ਫਿਸ਼ਰ ਓਏ ਉਹ ਨਹੀਂ ਇਟ ਵਾਸ ਦਾ ਰੇਨਬੋ ਗੇਵ ਥੀ ਬਰਥ ਐਂਡ ਲੈਫਟ ਹੀ ਆਲ ਦਿਸ ਲਵਲੀ ਹਿਊਜ਼ ਹਮਨੇ ਤੁਮਕੋ ਦਿਲ ਜੇ ਦੇ ਦਿਆ ਜੇ ਵੀ ਨਾ ਪੁੱਛਾ ਕੌਣ ਹੋ ਤੁਮ ਭਾਈ ਮੁਰਗਾ ਲੈ ਜਾਵਾਂਗੇ ਪਤੀਲਾ ਲੈ ਜਾਵਾਂਗੇ ਧਰ ਕੇ ਖਾਈ ਜਾਵਾਂਗੇ ਸਾਰੀ ਇੱਕ ਮੁਰਗਾ ਇੱਕ ਪਤੀਲਾ ਮਹੀਨੇ 'ਚ ਕਿੱਦਾਂ ਕਰੇਗਾ ਹੌਲੀ ਹੌਲੀ ਖਾ ਲਾਂਗੇ ਤੇਰਾ ਨਾਂ ਕੀ ਹੈ ਸਦੀਕ ਸਦੀਕ ਗਾਣਾ ਮੰਨਦਾ ਹੁਣ ਤੇਰਾ ਜੀ ਤੇਰਾ ਨਾ ਹੀ ਗਾਣੇ ਵਾਲਾ ਯਾਰ ਦੇਖੋ ਜੀ ਸਦੀਕ ਦਾ ਦੂਜਾ ਨਾਮ ਹੀ ਗਾਣਾ ਗਾਲੇ ਵਧੀਆ ਜਿਹਾ ਗਾਣਾ ਵਧੀਆ ਕਹੀਂ ਸਾਹ ਲਾ ਲਈ ਤੜਕੇ ਉੱਠ ਖੇਤ ਨੂੰ ਜਾ ਕੇ ਕਾਲੀ ਨਾਲ ਪੱਠੇ ਲਿਆ ਕੇ ਮਸਾਂ ਮੈਂ ਬਸ ਸਾਂ ਫੜਦਾ ਭੱਜ ਕੇ ਅੱਡੇ ਤੇ ਆ ਕੇ ਮੱਧ ਵਰਗੀ ਜੱਟ ਦੇ ਪੁੱਤ ਦੀ ਜ਼ਿੰਦਗੀ ਬਣਾ ਚੱਲੀ ਉਹਦੀ ਇੱਕ ਝਲਕ ਦੀ ਚਾਹਤ ਇਕਰੀ ਕਰਵਾ ਚੱਲੀ ਕਾਲਜ ਕਦੇ ਨਾ ਸੁਣਾ ਕਰਿਆ ਆਸ ਕੀ ਕੰਮ ਆ ਚੱਲ ਆਸ ਕੀ ਮਧ ਓਏ ਕਿਹੜੀ ਚਾਹਤ ਕਹੀ ਦੱਸੀ ਕਿ ਚਾਹਤ ਕਦੀ ਆ ਮੇਰੀ ਗੱਲ ਸੁਣੋ ਸਰਦਾਰ ਜੀ ਮੈਂ ਕਹਿ ਦੱਬੀ ਚੱਲੋ ਕਾਰ ਜੀ ਰੋਕਾਂਗੇ ਨਹਿਰੋਂ ਪਾਰ ਇਹ ਗਾਣਾ ਆ ਮੇਰੀ ਗੱਲ ਸੁਣੋ ਸਰਦਾਰ ਜੀ ਮੇਰੀ ਗੱਲ ਸੁਣੋ ਸਰਦਾਰ ਜੀ ਦੱਬੀ ਚੱਲੋ ਕਾਰ ਜੀ ਰੋਕਾਂਗੇ ਨਹਿਰੋਂ ਪਾਰ ਜੀ ਰੋਟੀ ਖਾਣੀ ਏ ਡਰਾਈਵਰਾਂ ਦੇ ਢਾਬੇ ਤੇ ਜਿੱਥੇ ਤਵੇ ਤੇ ਪਰੌਂਠਾ ਰੜਦਾ ਏ ਉੱਥੇ ਮੂਲੀ ਦੇ ਪਰੌਂਠੇ ਦਾ ਸਵਾਦ ਵੱਖਰਾ ਸੱਚੀ ਦੇਖ ਕੇ ਕਾਲ ਜਾ ਕੱਟਦਾ ਏ ਤੂੰ ਗਾਣਾ ਪਤਾ ਕਿਵੇਂ ਗਾ ਰਿਹਾ
ਮੇਰੀ ਗੱਲ ਸੁਣੋ ਸਰਦਾਰ ਜੀ। ਛੋਟੀ ਜੀ ਕਹਾਣੀ ਇੱਕ ਮੇਰੇ ਪਿਆਰ ਦੀ, ਜਿਹੜੀ ਮੇਰੇ ਬਿਨਾਂ ਪਲ ਨਹੀਂ ਸੀ ਸਾਰਦੀ। ਉਹ ਮਿਲਦੀ ਸੀ ਜਾਣ ਤਲੀ ਉੱਤੇ ਧਰ ਕੇ, ਰੋਇਆ ਕਰਾਂਗੇ ਨੀ ਦਿਨ ਯਾਦ ਕਰਕੇ। ਉਹ ਬਲਡ ਵਾਲ ਲੰਘੇ ਜਿਹੜੇ ਨਾਲ ਪੜ ਕੇ, ਰੋਇਆ ਕਰਾਂਗੇ ਨੀ ਦਿਨ ਯਾਦ ਕਰਕੇ। ਓ ਬਾਈ ਜੀ ਕੀ ਗੱਲਾਂ ਕਰੀ ਜਾਂਦੇ ਹੋ, ਬਾਈ ਕੀ ਗੱਲਾਂ ਕਰੀ ਜਾਂਦੇ ਹੋ? ਸ਼ੁਕਰੀਆ 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 ਗੱਲ ਨਹੀਂ, ਤੁਹਾਨੂੰ ਯਾਦ ਕਰਦੇ ਤੇ ਜੀ, ਮੈਨੂੰ ਯਾਦ ਕਰਦੇ ਸੀ ਵੀ ਬਾਈ ਜੀ ਜੇ ਸਾਡੇ ਲਵੇ ਆਉਣਾ, ਟੀਵੀ ਦੇਖਦਾ ਜੀ ਬਹੁਤ ਖੁਸ਼ ਹੁੰਦੇ ਆ, ਮੇਰੇ ਘਰ ਵਾਲੀ ਬੰਨੀ ਖੁਸ਼ ਹੁੰਦੀ ਆ, ਬਹੁਤ ਬਹੁਤ ਹਾਏ ਹਾਏ ਰੂਹਾਂ ਖੁਸ਼ ਕਰ, ਵਧੀਆ ਹੁੰਦਾ ਸ਼ੋਅ ਜੀ। ਹਾਂਜੀ ਬਹੁਤ ਓਕੇ, ਥੈਂਕ ਯੂ ਥੈਂਕ ਯੂ ਵੀਰੇ, ਥੈਂਕ ਯੂ। ਬਸ ਗੱਲਾਂ ਵੀ ਤੁਹਾਡੇ ਕਰਕੇ ਤੁਰੇ ਫਿਰਦੇ ਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਨਹੀਂ ਨਹੀਂ ਨਹੀਂ, ਤੁਹਾਨੂੰ ਕਿਉਂ ਪੁੱਛਣਾ ਜੀ, ਤੁਸੀਂ ਕਾਲਜ ਨੂੰ ਸਵਾਰਦੇ ਹੋ, ਤੁਸੀਂ ਕਾਲਜ ਨੂੰ ਸਫਾਈ ਰੱਖਦੇ ਹੋ, ਨਿਆਣਿਆਂ ਦੀ ਸੇਵਾ ਕਰਦੇ ਹੋ, ਤੁਸੀਂ ਪਹਿਲਾਂ ਹੋ ਜੀ ਸਾਡੇ ਲਈ, ਥੈਂਕ ਯੂ ਸੋ ਮਚ ਜੀ। ਬਾਈ ਜੀ ਇਹ ਸਾਡਾ ਬਹੁਤ ਪਿਆਰਾ ਜਿਹਾ ਫੈਨ ਕਲੱਬ ਹੈ ਜੀ, ਥੈਂਕ ਯੂ ਵੈਰੀ ਮਚ ਬਾਈ, ਸਾਰਿਆਂ ਨੂੰ ਥੈਂਕ ਯੂ ਸੋ ਮਚ। ਤੁਸੀਂ ਉਹ ਛੋਟੀ ਜੀ ਬ੍ਰੇਕ, ਮੈਂ ਮਿਲਦਾ ਥੋੜ੍ਹੀ ਜੀ ਬ੍ਰੇਕ ਤੋਂ ਬਾਅਦ, ਅਸੀਂ ਸਾਰੇ ਗੱਲਾਂ ਬਾਤਾਂ ਕਰਦੇ, ਥੈਂਕ ਯੂ। ਜੇ ਸਾਡੇ ਮੁੰਡੇ ਘੱਟ ਨੇ, ਸਾਡੀ ਕੁੜੀਆਂ ਕਿਹੜਾ ਘੱਟ ਹੈ, ਹੈ ਨਾ। ਸਵਾਲ ਮੇਰਾ ਕੁੜੀ ਨੂੰ ਇਹ ਹੈ ਜੀ ਕਿ ਜਦੋਂ ਇਹਨਾਂ ਨੇ ਵਿਆਹ ਕੇ ਜਾਣਾ ਆ, ਤੇ ਕਿਹੜੇ ਪ੍ਰੋਫੈਸ਼ਨ ਦਾ ਮੁੰਡਾ ਹੋਵੇ, ਮੁੰਡਾ ਕਰਦਾ ਕੀ ਹੋਵੇ? ਮੁੰਡਾ ਖੇਤੀ ਕਰਦਾ। ਖੇਤੀ? ਐਡਵੋਕੇਟ ਹੋਣਾ ਚਾਹੀਦਾ। ਉਹ ਲੈ ਲੈ ਝੂਠਾ। ਨਹੀਂ ਨਹੀਂ ਹਾਂ ਕਿਉਂ ਸਰ, ਵਧੀਆ ਲੱਗਦੀ ਹੈ, ਚਿੱਟੀ ਕਮੀਜ਼, ਕਾਲੀ ਪੈਂਟ, ਕਾਲਾ ਕੋਟ, ਕਾਲਾ ਕੋਟ। ਹਾਂਜੀ ਜੋਬ ਕਿਹੜੀ? ਕੋਈ ਵੀ, ਵੈਸੇ ਵਧੀਆ ਕਰਦਾ ਹੋਵੇ। ਲੈ ਲੈ ਨਹੀਂ, ਵੈਸੇ ਜੋਬ ਕਿਹੜੀ ਕਰਦਾ ਹੋਵੇ? ਵੈਸੇ ਜ਼ਿਆਦਾਤਰ ਟੀਚਰ ਹੀ ਵਧੀਆ ਲੱਗਦਾ। ਮਾਸਟਰ ਚੰਗਾ ਲੱਗਦਾ? ਹਾਂਜੀ ਤੁਸੀਂ ਦੱਸੋ। ਡਾਕਟਰ? ਡਾਕਟਰ ਹੋਵੇ, ਵੈਰੀ ਗੁੱਡ। ਹਾਂਜੀ ਤੁਸੀਂ ਕੀ ਕਹਿੰਦੇ ਹੋ? ਕੁਛ ਲੱਗਦਾ ਹੋਵੇ। ਕੀ ਹੋਵੇ? ਕੁਛ ਲੱਗਦਾ ਹੋਵੇ। ਹੈ? ਕੁਛ ਲੱਗਦਾ ਹੋਵੇ। ਵੈਰੀ ਗੁੱਡ ਲੱਗਦਾ ਹੋਵੇ। ਮੈਨੂੰ ਪਤਾ ਕਿ ਸੁਣਿਆ। ਮੈਨੂੰ ਲੱਗਾ ਕੁਛ ਲੱਗਦਾ ਹੋਵੇ। ਵੈਰੀ ਗੁੱਡ ਗੱਲ, ਅੱਛੀ ਗੱਲ ਹੈ। ਨਹੀਂ ਕੰਮ ਕੀ ਕਰਦਾ ਹੋਵੇ? ਜੋ ਕਰਦਾ ਹੋਵੇ ਕੋਈ। ਹਾਂਜੀ ਬੀਬਾ। ਮੁੰਡਾ ਵਧੀਆ ਹੋਵੇ। ਉਹ ਤਾਂ ਹੋਏਗਾ ਹੀ। ਨਹੀਂ ਪਰ ਕਰਦਾ ਕੀ ਹੋਵੇ? ਜੋਬ ਕਰਦਾ ਹੋਵੇ, ਨਾਲ ਨਾਲ ਉਹਨੂੰ ਖੇਡਣ ਦਾ ਵੀ ਸ਼ੌਂਕ ਹੋਵੇ, ਜਿਵੇਂ ਕ੍ਰਿਕਟ। ਅੱਛਾ ਤੁਸੀਂ ਬੋਲਿੰਗ ਕਰਾਇਆ ਕਰੋਗੇ? ਹਾਂ ਬੋਲਿੰਗ ਕਰਾਂਗੇ। ਪੁਲਸ ਚ ਹੋਵੇ? ਕਿਉਂ ਹੈ? ਪੁਲਸ ਚ ਹੋਵੇ, ਅੱਗੇ ਹੀ ਜਾ। ਉਹ ਲੱਗਾ ਹੋਵੇ ਥਾਣੇਦਾਰ, ਪੰਜਾਬ ਪੁਲਸ ਚ ਹੋਵੇ। ਅੱਛਾ ਪੈਸੇ ਲੈ ਕੇ ਆਵੇ ਦਬ ਦਬ। ਡਾਕਟਰ? ਉਹ ਕਿਉਂ ਭਲਾ? ਡਾਕਟਰ 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 ਹੁੰਦਾ। ਕਿੰਨਾ ਸੋਹਣਾ ਆਨਸਰ, ਦੇਖੋ ਵੀ ਡਾਕਟਰ ਡਾਕਟਰ ਹੁੰਦਾ, ਕਿੰਨੀ ਸੋਹਣੀ ਗੱਲ ਕੀਤੀ ਇਹਨਾਂ ਨੇ। ਹਾਂਜੀ ਪ੍ਰੋਫੈਸਰ। ਪ੍ਰੋਫੈਸਰ ਹੋਵੇ, ਉਹਦਾ ਰੀਜ਼ਨ? ਤਾਂ ਕੀ ਮੈਂ ਖੁਦ ਪ੍ਰੋਫੈਸਰ ਬਣਨਾ। ਓ ਵੈਰੀ ਗੁੱਡ। ਹਾਂਜੀ ਬੈਂਕਿੰਗ ਕਰਦਾ ਹੋਵੇ। ਉਹ ਕਿਉਂ? ਅੱਛਾ ਪੈਸੇ ਗਿਣੀ ਜਾਵੇ, ਗਿਣੀ ਜਾਵੇ, ਗਿਣੀ ਜਾਵੇ। ਭਾਈ ਬੜੇ ਪੈਸੇ ਗਿਣਦੇ ਆ ਮੇਰੇ ਘਰ ਵਾਲੇ ਤਾਂ। ਆਈ ਥਿੰਕ ਬੈਂਕ ਮੈਨੇਜਰ। ਆਈ ਥਿੰਕ ਬੈਂਕ ਮੈਨੇਜਰ। ਰੀਜ਼ਨ? ਮੈਂ ਚਾਹੁੰਦੀ ਹਾਂ ਕਿ ਮੈਂ ਖੁਦ ਵੀ ਕੰਮ ਕਰ ਰਹੀ ਹਾਂਗੀ, ਇਸ ਲਈ ਮੈਂ ਚਾਹੁੰਦੀ ਹਾਂ ਵੀ ਉਹ ਜਿਸ ਕੁਆਲੀਫਿਕੇਸ਼ਨ 'ਚ ਮੈਂ ਜਾ ਰਹੀ ਹਾਂਗੀ ਉਹ ਵੀ ਉਸੇ ਦਾ ਹੋਵੇ, ਕਿਉਂਕਿ ਉਹ ਚਾਹੁੰਦਾ ਹੋਵੇ ਵੀ ਹਾਂ ਵੀ ਜੋ ਮੈਂ ਕਰ ਰਿਹਾ ਹਾਂਗਾ ਵੀ। ਅੱਛਾ ਇੱਕ ਇੱਕ ਇੱਕੋ ਬੈਂਕ 'ਚ ਰਕਮ ਲੱਗੀ ਹੋਈ ਹੈ ਨਾ, ਨਾਲ ਨਾਲ ਟੇਬਲ ਹੋਵੇ। ਹੈਂ ਗੱਲ ਸੁਣਦੇ ਹੋ, ਲੰਚ ਟਾਈਮ ਹੋ ਗਿਆ। ਐਵੇਂ ਤਾਂ ਗਲਤ ਹੋ ਜਾਊਗਾ ਨਾ, ਐਵੇਂ ਤਾਂ ਫਿਰ ਜੇ ਇਕੱਠੇ ਹੋਵਾਂਗੇ ਨਾ, ਫਿਰ ਉੱਥੋਂ ਥੋੜ੍ਹੀ ਮੋਟੀ ਕੁੰਡੀ ਨਹੀਂ ਲਗਾਈ ਜਾਏਗਾ। ਆਪਾਂ ਨਹੀਂ ਕਰਨਾ ਰਾਂਡ ਛੱਡ ਪਰੇ, ਆਪਾਂ ਹਾਓ ਛੱਡ ਪਰੇ। ਹਾਂ ਹਾਂਜੀ ਤੁਹਾਡੇ ਵਰਗਾ ਐਂਕਰ ਹੋ। ਮੇਰੇ ਵਰਗਾ ਐਂਕਰ ਹੋਵੇ? ਹਾਏ ਹਾਏ। ਅੱਛਾ ਹਾਂ, ਮੇਰਾ ਰੰਜਨ ਮਾਹੀ ਦਾ ਪੰਜਾਬ ਪੁਲਿਸ ਚ ਹੋਣਾ। ਹਾਏ ਹਾਏ, ਮੇਰਾ ਰੰਜਨ ਮਾਹੀ। ਹਾਂਜੀ ਆਰਮੀ ਚ ਹੋਵੇ। ਆਰਮੀ ਚ ਹੋਵੇ, ਕੀ ਬਾਤ ਹੈ, ਫੌਜੀ ਹੋਵੇ। ਫਿਰ ਸਲੂਟ ਕਿੰਨੇ ਮਾਰ ਕਰੀਏ ਫੌਜੀ ਨੂੰ? ਸਿੱਖ ਲਾਂਗੀ ਜਦੋਂ 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 ਆਇਆ ਕਰੂਗਾ ਟਰੰਕ ਲੈ ਕੇ ਉਹ। ਮੈਂ ਕਹੀ ਸਿੱਖ ਲਾਂਗੀ ਫਿਰ ਉਦਾਂ ਮਾਰ ਦਿਆ ਕਰ। ਹੱਥ ਹੱਥ ਹੁੰਦਾ ਤਾਂ ਹਾਂ ਮਾਰ ਕੇ। ਚੱਲ ਚੱਲ ਫੌਜੀ ਆ ਗਿਆ ਤੇਰੇ ਕੋਲ, ਆ ਗਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਅੱਜ ਬੜਾ ਸੋਹਣਾ ਫੁੱਲ ਬਣ ਕੇ ਆਈ ਹੈ। ਹਾਂ ਜੀ ਬਿਜ਼ਨਸਮੈਨ। ਬਿਜ਼ਨਸਮੈਨ ਹੋਵੇ, ਕੀ ਵੇਚਦਾ ਹੋਵੇ? ਪਾਪੜ, ਧੂਰੇ, ਛੋਲੇ, ਬੱਤਾ, ਕੁਲਫੀ ਦੀ ਰੇੜੀ, ਕੁਲਫੀ ਦੀ ਰੇੜੀ, ਕੁਲਫੀ ਦੀ ਰੇੜੀ। ਕੋਈ ਵਧੀਆ ਦਾ ਕੰਮ ਹੋਵੇ, ਕਹਿੰਦੀ ਘੱਟੋ ਘੱਟ ਮੂੰਗਫਲੀ ਮਾਫਲੀ ਤਾਂ ਵੇਚਦਾ ਹੋਵੇ। ਹਾਂਜੀ ਬੀਬਾ। ਕੁਛ ਵੀ ਕਰਦਾ ਹੋਵੇ, ਮੇਰੀ ਪਸੰਦ ਦਾ ਹੋਵੇ। ਅੱਛਾ ਹਾਂਜੀ ਕਾਲਜ ਲੈਕਚਰਰ। ਲੈਕਚਰਰ ਤੁਸੀਂ ਕੀ ਕਹਿੰਦੇ ਹੋ?
खाना बनाने वाला होवे मैं वो बनाऊंगा मैं खाऊंगी जी मेरा घर वाला मेरी हाइट होवे ते मास्टर शेफ अगे मर जा ए तेरे मुंडा लबना हुन थोड़ा कैमरा नीवा कर लो इतना मुंडा लबना इतना मुंडा 4 फुट तीन फुट साढ़े तीन फुट साढ़े तुम हो लड्डू बनाए आज खा लो गवर्नमेंट जॉब कुछ भी पक्की सरकारी नौकरी हां जी सवेरे जावे 9 बजे स्कूटर चके डब्बा नाल लेके शामी डब्बा खाली करके वापस जावे कुछ ना करे ना बिजनेसमैन होवे की बेचदा होवे बेचदे ना खुद दा बिजनेस होवे की होवे बिजनेस बेचना ही कुछ ना कुछ गोलगप्पे रेडी हां गोलगप्पे रेडी स्पेयर पार्ट्स दा बिजनेस होवे स्पेयर पार्ट दा स्कूटर आने दा हेलो दोनों पाना नहीं ओए काला काम होवे ਸਪੇਅਰ ਪਾਰਟ ਦਾ ਕੰਮ ਇਹ ਕੀ ਲੱਭਿਆ ਸਪੇਅਰ ਪਾਰਟ ਵਾਲਾ ਇਹ ਤਾਂ ਬਿਜ਼ਨਸ ਹੋਵੇ ਕੋਈ ਅੱਛਾ ਜਾ ਅਕਾਊਂਟੈਂਟ ਕਿਉਂ ਕਿਉਂ ਸਿੰਗਰ ਹੋਵੇ ਸਿੰਗਰ ਹੋਵੇ ਉਹ ਕਿਉਂ ਉਹ ਕਿਉਂ ਉਹ ਕਿਉਂ ਸਿੰਗਰ ਕਿਉਂ ਮੈਨੂੰ ਸਿੰਗਿੰਗ ਪਸੰਦ ਹੈ ਗਾਣਾ ਸੁਣਾਓ ਹੁਣ ਜ਼ਿੰਦ ਮਾਹੀ ਸਾਈਕਲ ਤੇ ਜ਼ਿੰਦ ਮਾਹੀ 1 2 3 ਚੱਲ ਤੇ ਤੁਰੇ ਆ ਜਾਂਦਾ ਮੁੜ ਕੇ ਦੇਖੇ ਨਾ जिंद माही रहन दे झूठे लारे तेरिया मिठड़िया तेरिया मिठिया दे मोरे हारे फौजी होवे पुलिस इंस्पेक्टर होवे तेरी इंस्पेक्टर इंस्पेक्टर कहने पर इंस्पेक्टर होवे अच्छा चल इंस्पेक्टर होवे क्यों शौक है इंस्पेक्टर दा मैंने ना उन्हें ड्रेस वाली सोनी लग दी पाई हुई फौजी फौजी मैं फौजन होगी वे फौजिया तेरे अंधकार की मारी My husband English है? My husband English हो बे? House husband हो बे? करे बैठा रह करे? कोई काम ना करे? Job नू मैं करूँगी job. बड़ा पाग गाना भी? ओ क्यों? वैसे कर ले जैसे. सिद्धा क्या रोटियाँ बनाओ बे करे बैठ के. Businessman हो बे? Business का business हो बे? Jewelry का business हो बे? ਸਮੇ ਆ ਰਹਾ ਨਾ ਹਾਂਜੀ ਸਿੰਗਰ ਹੋਵੇ ਸਿੰਗਰ ਹੋਵੇ ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ ਮੈਨੂੰ ਚੈਨ ਨਾ ਆਵੇ ਰਾਤਾਂ ਨੂੰ ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ ਮੈਨੂੰ ਚੈਨ ਨਾ ਆਵੇ ਰਾਤਾਂ ਨੂੰ ਇਹਨਾਂ ਦੂਰੀਆਂ ਨੇ ਮਜਬੂਰੀਆਂ ਨੇ ਖੋਇਆ ਦਿਲ ਭਰ ਮੇਰਾ ਕਿਤੋਂ ਆ ਵੀ ਜਾਵੇ ਫਿਰ ਆ ਪਾ ਵੀ ਜਾਵੇ ਨਹੀਂ ਉਹ ਲੱਗਦਾ ਦਿਲ ਮੇਰਾ ਤੇਰੇ ਬਿਨਾਂ ਜੀਣ ਦੀ ਗੱਲ ਬੜੀ ਔਖੀ ਲੱਗਦੀ ਹੰਝੂਆਂ ਨੂੰ ਪੀਣ ਦੀ ਗੱਲ ਬੜੀ ਔਖੀ ਲੱਗਦੀ ਤੂੰ ਦਵਾ ਦੇ ਮੈਨੂੰ ਗੋਲਡਨ ਚੁੰਮ ਕੇ ਮੈਂ ਕੰਨਾਂ ਵਿੱਚ ਪਾਲ ਚੁੰਮ ਚੁੰਮ ਕੇ ਮਜ਼ਾ ਆਵੇ ਮੈਨੂੰ ਸ਼ਾਪਿੰਗ ਕਰਾ ਦੇ ਰਿਕੁਐਸਟਾਂ ਪਾਈਆਂ ਵੇ ਮੇਰੀ ਜਾਨ ਤੇਰੇ ਵਿੱਚ ਵਸਦੀ ਜਿੰਦ ਕੱਢ ਲੈਂਦੀ ਐ ਹੱਸਦੀ ਫੁੱਲ ਰੂ ਖਿੜ ਜਾਂਦੀ ਐ ਤੱਕ ਕੇ ਤੇਰਾ ਮੂੰਹ ਤੇਰਾ ਮੂੰਹ ਮੇਰੇ ਚਲਦੇ ਨੇ ਜੋ ਸਾ ਇਨਾਂ ਦੀ ਕੋ ਵਜਾ ਬਸ ਤੂੰ ਬਸ ਤੂੰ ਬਸ ਤੂੰ ਬਸ ਤੂੰ ਅਸੀਂ ਵੇ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਤੈਨੂੰ ਪਾਉਣ ਲਈ ਕਰ ਕੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਪਤਾ ਕੀ ਹੋਇਆ ਤੇਰਾ ਕਾਸਰ ਮੈਂ ਹੀ ਸੁਣਿਆ ਵਾ ਸੈਟਫੋਨ ਲਾ ਕੇ ਉਹ ਕਿੱਥੇ ਤੇਰੇ ਨਾਲ ਪਿਆਰ ਯਾਰਾ ਤੇਰੇ ਨਾਲ ਜਹਾਨ ਸਾਰਾ ਨਾਲ ਹੋਈ
ਸਾਡੀ ਤੇ ਨਾ ਜਾਈ ਲੱਗਣਾ ਨੀ ਕੱਲਿਆਂ ਪਹਿਲਾ ਗਿਫਟ ਕਿਹੜਾ ਲੈ ਕੇ ਜਾਣਾ ਆਪਣੇ ਹਵਾਸ ਹਸਬੈਂਡ ਲਈ ਕੋਈ ਰੋਮਾਂਟਿਕ ਨੋਵਲ ਲੈ ਜਾ ਕਿਹੜਾ ਕੋਈ ਰੋਮਾਂਟਿਕ ਨੋਵਲ ਉਹਨੂੰ ਕਿਤਾਬ ਪੜ੍ਹ ਜਾ ਪੜ੍ਹਾਈ ਜਾਇਓ ਰੋਮਾਂਟਿਕ ਨੋਵਲ ਪੇ ਭਾਜੀ ਪੜੋ ਹੈ ਨਹੀਂ ਭਾਜੀ ਸੌਰੀ ਅੱਛਾ ਤੁਸੀਂ ਕਰੋਗੇ ਫੋਰਐਵਰ ਲਵ ਨਹੀਂ ਨਹੀਂ ਗਿਫਟ ਕੀ ਲੈ ਕੇ ਜਾਓਗੇ ਇੰਨਾ ਤਾਂ ਦਾਜ ਲੈ ਜਾਇਓ ਉਹਦੇ ਬਾਅਦ ਗਿਫਟ ਨਹੀਂ ਲੈ ਕਹਿੰਦੀ ਇਹਨਾਂ ਦਾ ਦਾਜ ਲੈ ਲਊਗੀ ਫਿਰ ਹੁਣ ਗਿਫਟ ਛਿੱਕੂ ਰਹਿ ਗਿਆ ਤੁਸੀਂ ਕੀ ਲੈ ਕੇ ਜਾਓਗੇ ਦਾਜ ਤਾਂ ਹੋ ਜੂਗਾ ਨਹੀਂ ਦਾਜ ਨਹੀਂ ਲੈ ਕੇ ਜਾਣਾ ਲਵ ਲਵ ਹਾਂਜੀ ਤੁਸੀਂ ਕੁਛ ਵੀ ਲੈ ਜਾਂਗੇ ਜਿਵੇਂ ਕਿ ਕੋਈ ਫਲਾਵਰ ਪੋਟ ਅੱਛਾ ਫਲਾਵਰ ਪੋਟ ਹਾਂਜੀ ਤੁਸੀਂ ਪਤਾ ਨਹੀਂ ਹਾਏ ਹਾਏ ਗਿਫਟ ਤਾਂ ਦੇਣਗੇ ਕੋਈ ਨਾ ਕੋਈ ਮੈਂ ਆਪਣੇ ਵੱਲੋਂ ਜਾਂ ਤਾਂ ਵਾਚ ਲੈ ਜੂੰਗੀ ਜਾਂ ਉਹਦੇ ਲਈ ਕੋਈ ਚੈਨ ਲੈ ਜੂੰਗੀ ਜਿਹੜੀ ਉਹਨੂੰ ਪਸੰਦ ਹੋਵੇ ਜਾਂ ਤਾਂ ਘੜੀ ਹਾਂਜੀ ਟਾਈਮ ਸਿਰ ਆ ਜਾ ਕਰੋ ਘਰੇ ਉਹਦੇ ਪੇਰੈਂਟਸ ਦੀ ਰਿਸਪੈਕਟ ਕਰੂੰਗੀ ਕਿਉਂਕਿ ਉਹਦੇ ਲਈ ਇਸ ਤੋਂ ਵੱਡਾ ਗਿਫਟ ਕੋਈ ਹਾਏ ਹਾਏ ਕੀ ਬਾਤ ਹੈ ਵੀ ਉਹਦੇ ਲਈ ਇਸ ਤੋਂ ਵੱਡਾ ਗਿਫਟ ਕੋਈ ਗਿਫਟ ਕੋਈ ਨਹੀਂ ਹੋਏਗਾ ਵੈਰੀ ਗੁੱਡ ਗੱਲ ਹਾਂਜੀ ਅਸੀਂ ਖੁਦ ਹੀ ਇੰਨਾ ਵੱਡਾ ਗਿਫਟ ਹਾਏ ਹਾਏ ਇੰਨਾ ਵੱਡਾ ਤੋਹਫਾ ਤੁਸੀਂ ਜਦੋਂ ਜੌਬ ਕਰਦੇ ਹੋਈ ਫਿਰ ਤਾਂ ਆਈਫੋਨ ਗਿਫਟ ਕਰਾਂਗੀ ਜੇ ਵਿਹਲੀ ਹੋਈ ਨਹੀਂ ਜੌਬ ਤਾਂ ਕਰਨੀ ਹੈ ਪਹਿਲਾਂ ਤਾਂ ਮੈਂ ਰਹਿਣਾ ਹੀ ਨਹੀਂਗਾ ਅੱਛਾ ਜੇ ਤਾਂ ਕਹਿੰਦੀ ਜੌਬ ਕਰਦੀ ਹੋਈ ਫਿਰ ਦਊਂਗੀ ਆਈਫੋਨ ਹਾਂਜੀ ਜੇ ਨਾ ਕਰਦੇ ਤਾਂ ਇਕੱਲਾ ਚਾਰਜਰ ਹੈ ਨੋ 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 ਮੈਂ ਤਾਂ ਜੌਬ ਕਰਨੀ ਵਾ ਵੈਰੀ ਗੁੱਡ ਤੁਸੀਂ ਬੀਬਾ ਜੋ ਉਹਨਾਂ ਨੂੰ ਪਸੰਦ ਹੋ ਹਾਏ ਹਾਏ ਫੋਟੋ ਫਰੇਮ ਫੋਟੋ ਫਰੇਮ ਆਪਣੀ ਲੈਂਗੇ ਫੋਟੋ ਤੇ ਹਾਂਜੀ ਮੋਬਾਈਲ ਕੀ ਹੋ ਗਿਆ ਮੋਬਾਈਲ ਮੋਬਾਈਲ ਤੂੰ ਸਿਮ ਕਾਰਡ ਪਾ ਲਈ ਮੈਂ ਮੋਬਾਈਲ ਦੇ ਦੂੰਗੀ ਵੇਲਣਾ 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 ਵੇਲ ਲੋੜ ਪੈਂਦੇ ਰੈੱਡ ਰੋਜ਼ ਜੀ ਰੈੱਡ ਰੋਜ਼ ਮਹਿੰਦੀ ਗੱਲ ਦੀ ਗਾਨੀ ਗੱਲ ਦੀ ਗਾਨੀ ਲਓ ਜੀ ਇਸ ਵਾਰ ਦਾ ਐਪੀਸੋਡ ਯਾਨੀ ਕਿ ਦੇਸ਼ ਭਗਤ ਧੂਰੀ ਦਾ ਐਪੀਸੋਡ ਹੁਣ ਮੇਰਾ ਐਪੀਸੋਡ ਕਿਹੋ ਜਿਹਾ ਲੱਗਿਆ ਲਿਖ ਕੇ ਭੇਜਿਓ ਅੱਛਾ ਇਹ ਗੱਲ ਹੋ ਰਹਾ ਹੈ ਐਪ ਕੀ ਫੈਨ ਦਾ ਵੇਖ ਤੁਹਾਨੂੰ ਮੈਂ ਦਿਖਾਉਣਾ ਨਹੀਂ ਮਿਲਾਉਣਾ ਮੇਰੀ ਬੜੀ ਪਿਆਰੀ ਜੀ ਫੈਨ ਹੈ ਸਾਡੀ ਆਂਟੀ ਸਤਿ ਸ਼੍ਰੀ ਅਕਾਲ ਆਂਟੀ ਕੀ ਹਾਲ ਚਾਲ ਹੈ ਮੈਂ ਦੇਖ ਕੇ ਪਰਮ ਬੇਟੇ ਨੂੰ ਦੇਖ ਕੇ ਬਹੁਤ ਖੁਸ਼ ਹੋਈ ਹਾਂ ਪਰਮ ਬੇਟੇ ਨੂੰ ਦੇਖ ਰਹੇ ਬਹੁਤ ਅੱਛਾ ਲੱਗਿਆ ਥੈਂਕ ਯੂ ਆਂਟੀ ਥੈਂਕ ਯੂ ਸੋ ਮਚ ਤੁਸੀਂ ਬਹੁਤ ਸਾਰਾ ਪਿਆਰ ਕਰਦੇ ਹੋ ਐਂਡ ਤੁਸੀਂ ਦੇਖੋ ਵੀ ਇੱਦਾਂ ਵੀ ਸਾਡੇ ਪਿਆਰੇ ਪਿਆਰੇ ਫੈਨਸ ਤੁਹਾਨੂੰ ਪਤਾ ਫੈਨ ਦੀ ਕੋਈ ਲੈਂਗੁਏਜ ਹੁੰਦੀ ਫੈਨ ਦੀ ਕੋਈ ਵੀ ਪਰਿਭਾਸ਼ਾ ਨਹੀਂ ਹੁੰਦੀ ਫੈਨ ਕੈਨ ਬੀ ਫੈਨਸ ਅੱਛਾ ਜੀ ਅਗਰ ਤੁਹਾਨੂੰ ਤੁਹਾਡੀ ਯੂਨੀਵਰਸਿਟੀ ਕਾਲਜ ਵਿੱਚ ਆਵਾਂ ਮੈਂ ਲਿਖ ਭੇਜੋ ਮੇਰੇ ਪੇਜ 'ਤੇ ਜੋਸ਼ ਕੈਂਪਸ ਦਾ ਆਪਣੇ ਕਾਲਜ ਦਾ ਨਾਮ ਅਤੇ ਕੈਂਪ ਕੰਟੈਕਟ ਨੰਬਰ ਜ਼ਰੂਰ ਲਿਖਿਆ ਭੇਜੋ ਅਸੀਂ ਜ਼ਰੂਰ ਆਵਾਂਗੇ ਥੈਂਕ ਯੂ ਵੈਰੀ ਮਚ ਗੋਡ ਬਲੈਸ ਯੂ ਆਲ ਬਾਏ ਸੱਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ